ਇੱਥੇ ਬਤੌਰ ਡਿਊਟੀ ਮੈਜਿਸਟ੍ਰੇਟ ਹਾਜ਼ਰ ਹੈ। ਇੱਥੇ ਜਿਹੜਾ ਅਨਔਥੋਰਾਈਜ਼ਡ ਆਕੂਪੇਸ਼ਨ ਸੀਗੀ ਉਹਦੇ ਵਰਖਿਲਾਫ ਪੀ ਟੀ ਏ ਦੀ ਰਿਕੁਐਸਟ ਡੀ ਸੀ ਸਰ ਨੂੰ ਸੀ। ਡੀ ਸੀ ਸਰ ਨੇ ਮੈਨੂੰ ਬਤੌਰ ਇੱਥੇ ਡਿਊਟੀ ਮੈਜਿਸਟ੍ਰੇਟ ਭੇਜਿਆ। ਜਿਹੜੀ ਪੁਲਿਸ ਕਰਮਚਾਰੀ ਮੇਰੇ ਨਾਲ ਨੇ, ਅਸੀਂ ਜਿਹੜੀ ਅਨਔਥੋਰਾਈਜ਼ਡ ਆਕੂਪੇਸ਼ਨ ਹੈ ਉਹ ਦੂਰ ਕਰਨ ਦੀ ਹਦਾਇਤ ਹੋਈ ਹੈ, ਵਿਚ ਇਜ਼ ਬੀਂਗ ਕੈਰਿਡ ਆਊਟ ਪੋਲਾਈਟਲੀ, ਬਗੈਰ ਕਿਸੇ ਦੇ ਨੁਕਸਾਨ ਕੀਤੇ, ਕਿਸੇ ਦੇ ਚੋਟ ਨਾ ਆਵੇ। ਵੀ ਅਗੋਟ ਦਾ ਐਂਬੂਲੈਂਸ ਫਾਇਰ ਬ੍ਰਿਗੇਡ ਸਾਡੇ ਕੋਲ ਹੈ। ਵੀ ਆਰ ਟੇਕਿੰਗ ਕੇਅਰ ਵੀ ਜਿਹੜੇ ਲੋਕ ਡਿਸਪਲੇਸ ਹੋ ਰਹੇ ਹੈ ਉਹਨਾਂ ਦਾ ਟਿਕਾਣੇ ਸਰ, ਉਹਨਾਂ ਦਾ ਸਮਾਨ ਵਗੈਰਾ ਤੁਸੀਂ ਦੇਖ ਰਹੇ ਹੋ ਉੱਧਰ ਟਰਾਲੀਆਂ 'ਚ ਲੈ ਕੇ ਉਹਨਾਂ ਨੂੰ ਕਿਤੇ ਹੋਰ ਸੁਰੱਖਿਅਤ ਥਾਂ 'ਤੇ ਉਹਨਾਂ ਨੂੰ ਪੋਲਾਈਟਲੀ ਅਸੀਂ ਰਿਕੁਐਸਟ ਕਰਕੇ ਅਨਔਥੋਰਾਈਜ਼ਡ ਆਕੂਪੇਸ਼ਨ ਹੈ। ਨੋਟਿਸ ਵੀ ਦਿੱਤਾ ਗਿਆ ਸੀ ਜੀ ਇਹਨਾਂ ਨੂੰ? ਹਾਂਜੀ, ਐਡਵਾਂਸ ਨੋਟਿਸ ਦਿੱਤਾ ਗਿਆ ਸੀ ਕੋਈ? ਐਡਵਾਂਸ ਨੋਟਿਸ ਦੇਖੋ ਜੀ, ਦੈਟ ਇਜ਼ ਅਪ ਟੂ ਬੀ ਡੀ ਏ, ਆਈ ਐਮ ਹੇਅਰ ਜਸਟ ਐਜ਼ ਏ ਡਿਊਟੀ ਮੈਜਿਸਟ੍ਰੇਟ। ਠੀਕ ਹੈ ਨਾ ਜੀ, ਉਹ ਤੁਸੀਂ ਬੀ ਡੀ ਏ ਦੇ ਜਿਹੜੇ ਅਥਾਰਟੀਜ਼ ਉਹਨਾਂ ਨਾਲ ਗੱਲ ਕਰਨੀ ਪੈਣੀ। ਕਾਟਾ ਦਿਆ ਗਿਆ, ਕੋਈ ਨੋਟਿਸ ਦਿਆ ਥਾ ਇਹਨਾਂ ਨੇ? ਕਬ ਪਤਾ ਲੱਗਾ ਜਾਂ ਘਾਟਾ ਨਹੀਂ ਲੱਗੇ? ਕੋਈ ਨੁਕਸਾਨ ਵਗੈਰਾ ਵੀ ਹੋਆ ਆਪਕਾ? ਕੋਈ ਸਮਾਨ ਵਗੈਰਾ ਕਾ? ਖਾਣਾ ਪੀਣਾ ਸਾਰੇ ਮਿੱਟੀ ਮੇ ਮਿਲਾ ਦੀਏ। ਆਪਕੋ ਕੋਈ ਜਾਣਕਾਰੀ ਨਹੀਂ ਦੀ ਵੀ ਟਾਣਾ ਗਏ? ਨੋਟਿਸ ਦਿਆ, ਕੁਛ ਵੀ ਨਹੀਂ ਦਿਆ। ਔਰ ਆ ਕੇ ਪਹਿਲੇ ਤੋੜ ਦਿਆ, ਤੋੜ ਦਿਆ ਤੋ ਨੋਟਿਸ ਦੇਣਾ ਚਾਹੀਏ ਤਾਂ ਹਮ ਲੋਗ ਸਮਾਨ ਵੀ ਹਟਾ ਲੇਤੇ, ਕੋਈ ਨੋਟਿਸ ਵੀ ਨਹੀਂ ਦਿਆ, ਕੁਛ ਵੀ ਨਹੀਂ ਦਿਆ। ਔਰ ਆ ਕੇ ਪਹਿਲੇ ਤੋੜ ਦਿਆ ਸਮਾਨ, ਖਾਣੇ ਪੀਣੇ ਵਾਲੇ ਬ